ਸਤਿ ਸ਼੍ਰੀ ਅਕਾਲ ਜੀ। ਜ਼ੀਰਾ ਮੋਰਚਾ ਦੇ ਵਿੱਚ ਲੜਦੇ ਸਾਡੇ ਕਿਸਾਨ ਵੀਰਾਂ ਦਾ, ਭੈਣਾਂ ਦਾ, ਮਾਵਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵੱਡੀ ਲੜਾਈ ਲੜ ਰਹੇ ਹੋ ਔਰ ਮੈਨੂੰ ਵੀ ਅੱਜ ਸ਼ਿਫਟ ਲਾਉਣ ਦਾ ਮੌਕਾ ਮਿਲਿਆ। ਮੈਂ ਵੀ ਕਾਫੀ ਖੁਸ਼ ਹਾਂ ਔਰ ਖੁਸ਼ ਇਸ ਲਈ ਹਾਂ, ਜ਼ਿੰਦਗੀ ਦੇ ਵਿੱਚ ਬਹੁਤ ਸ਼ਿਫਟਾਂ ਲਾਈਆਂ, ਬਹੁਤ ਕੰਮ ਕੀਤਾ। ਪਹਿਲੀ ਗੱਲ ਤਾਂ ਲੱਕੀ ਹਾਂ ਕਿ ਡਾਕਟਰੀ ਦਾ ਪੇਸ਼ਾ ਕਰਨ ਨੂੰ ਮਿਲਿਆ, ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ ਆ ਔਰ ਜਿਹਦੇ ਵਿੱਚ ਮੈਨੂੰ ਲੋਕਾਂ ਦੀ ਹੈਲਪ ਕਰਨ ਦਾ ਮੌਕਾ ਮਿਲਿਆ, ਰੋਜ਼ ਮਿਲਦਾ ਔਰ ਉਸ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਮਿਲਦਾ ਔਰ ਉਸ ਤੋਂ ਵੱਧ ਅੱਜ ਲੱਕੀ ਇਸ ਲਈ ਫੀਲ ਕਰ ਰਿਹਾ ਕਿ ਅਗੇਨ ਬਹੁਤ ਸ਼ਿਫਟਾਂ ਲਾਈਆਂ ਪਰ ਅੱਜ ਦੀ ਸ਼ਿਫਟ ਦੇ ਪੈਸੇ ਜਿਹੜੇ ਆ ਉਹ ਮੈਂ ਜ਼ੀਰਾ ਮੋਰਚੇ ਦੇ ਵਿੱਚ ਭੇਜੂਗਾ ਔਰ ਇਸ ਲਈ ਹੋਰ ਵੀ ਸਪੈਸ਼ਲ ਫੀਲ ਕਰਦਾ। ਕੰਮ ਕਰਨ ਦਾ ਹੋਰ ਮਜ਼ਾ ਆਇਆ ਕਿਉਂਕਿ ਆਪਣੀ ਧਰਤੀ ਦੀ ਲੜਾਈ ਦੀ ਵਿੱਚ ਹਿੱਸਾ ਬਣਨ ਦਾ, ਪਾਉਣ ਦਾ ਮੌਕਾ ਮਿਲਿਆ। ਤੁਸੀਂ ਮੌਕਾ ਦਿੱਤਾ, ਮੈਂ ਤੁਹਾਨੂੰ ਥੈਂਕ ਯੂ ਕਰ ਸਕਦਾ, ਇਸ ਤੋਂ ਵੱਧ ਕੁਛ ਨਹੀਂ ਕਰ ਸਕਦਾ। ਥੈਂਕ ਯੂ, ਤੁਸੀਂ ਮੈਨੂੰ ਆਪਣੀ ਲੜਾਈ ਦੇ ਵਿੱਚ ਸ਼ਾਮਿਲ ਕੀਤਾ ਔਰ ਹੋਰ ਵੀ ਲੋਕਾਂ ਨੂੰ ਇਹੋ ਕਹਿੰਦਾ, ਅਪੀਲ ਕਰਦਾ, ਇੱਕ ਬਹੁਤ ਵੱਡੀ ਲੜਾਈ ਲੜੀ ਜਾਂਦੀ ਆ। ਤੁਸੀਂ ਬਾਣੀ ਪੜ੍ਹਦੇ ਹੋ, ਸਾਨੂੰ ਵੀ ਪਤਾ ਸਾਡੀ ਧਰਤੀ, ਸਾਡੇ ਪਾਣੀ ਅਤੇ ਸਾਡੀ ਜਿਹੜੀ ਹਵਾ ਵਾ ਉਹਨੂੰ ਕੀ ਦਰਜਾ ਮਿਲਿਆ ਬਾਣੀ ਦੇ ਵਿੱਚ। ਅਤੇ ਜੇ ਇਹ ਦਰਜਾ ਅਸੀਂ ਦਿੰਦੇ ਹਾਂ ਕਿਸੇ ਨੂੰ, ਮਾਂ ਕਿਸੇ ਨੂੰ ਪਿਤਾ ਕਹਿੰਦੇ ਹਾਂ, ਕਿਸੇ ਨੂੰ ਗੁਰੂ ਕਹਿੰਦੇ ਹਾਂ, ਅਤੇ ਜਦੋਂ ਉਹਦੀ ਲੜਾਈ ਚੱਲਦੀ ਹੋਵੇ, ਉਹ ਮਾਂ ਦੀ, ਉਹ ਪਿਤਾ ਦੀ, ਉਹ ਗੁਰੂ ਦੀ ਲੜਾਈ ਚੱਲਦੀ ਹੋਵੇ ਅਤੇ ਅਸੀਂ ਉਸ ਲੜਾਈ ਦਾ ਹਿੱਸਾ ਨਾ ਬਣੀਏ, ਇਹ ਸ਼ਰਮ ਵਾਲੀ ਗੱਲ ਨਹੀਂ ਕਿਤੇ। ਉਹ ਇਹ ਲੜਾਈ ਉਹਨਾਂ ਲੋਕਾਂ ਦੀ ਇਕੱਲਿਆਂ ਦੀ ਨਹੀਂ ਆ, ਨਾ ਹੀ ਇਹ ਲੜਾਈ ਕਿਸੇ ਸਰਕਾਰ ਦੇ ਖਿਲਾਫ ਆ, ਕਿਉਂਕਿ ਕਈ ਵਾਰੀ ਗਲਤ ਫਹਿਮੀ ਪੈਦਾ ਹੋ ਜਾਂਦੀ ਆ ਸਰਕਾਰਾਂ ਨੂੰ, ਲੱਗਣ ਲੱਗਦਾ ਕਿ ਇਹ ਲੋਕ ਕਿਤੇ ਸਾਡੇ ਖਿਲਾਫ ਲੜਨ ਦੇ ਆ। ਇਹ ਲੜਾਈ ਕਿਸੇ ਸਰਕਾਰ ਦੇ ਖਿਲਾਫ ਨਹੀਂ, ਇਹ ਲੜਾਈ ਕਿਸੇ ਇਨਸਾਨ ਦੇ ਖਿਲਾਫ ਨਹੀਂ, ਇਹ ਲੜਾਈ ਇੱਕ ਸਿਸਟਮ ਦੇ ਖਿਲਾਫ ਆ। ਇਹ ਲੜਾਈ ਉਸ ਸਿਸਟਮ ਦੇ ਖਿਲਾਫ ਆ ਜਿਹੜਾ ਸਿਸਟਮ ਨੂੰ ਲੱਗਦਾ ਕਿ ਜੇ ਮੈਂ ਕਿਸੇ ਨੂੰ ਜੋਬ ਦਿੰਦਾ, ਕਿਸੇ ਨੂੰ ਕੰਮ ਦਿੰਦਾ, ਉਹਨੂੰ 5 ਰੁਪਏ ਦਿੰਦਾ ਤਾਂ ਮੇਰਾ ਹੱਕ ਬਣ ਜਾਂਦਾ ਕਿ ਮੈਂ ਉਹਦੀ ਹਵਾ ਜਿਹੜੀ ਆ ਉਹ ਗੰਦੀ ਕਰ ਸਕਦਾ, ਉਹਦਾ ਪਾਣੀ ਗੰਦਾ ਕਰ ਸਕਦਾ, ਉਹਦੀ ਜ਼ਮੀਨ ਬੰਜਰ ਕਰ ਸਕਦਾ। ਇਹ ਲੜਾਈ ਜਿਹੜੀ ਆ ਇਹ ਉਸ ਸਿਸਟਮ ਦੇ ਖਿਲਾਫ ਆ, ਉਹ ਸੋਚ ਦੇ ਖਿਲਾਫ ਆ ਜਿਹਨੂੰ ਲੱਗਦਾ ਕਿ ਜੇ ਸਾਨੂੰ ਕੋਈ ਕੰਮ ਦਿੰਦਾ ਤਾਂ ਅਸੀਂ ਉਹਦੇ ਗੁਲਾਮ ਹੋ ਜਾਂਦੇ ਹਾਂ। ਸਾਨੂੰ ਐਸੀ ਇੰਡਸਟਰੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਜਿਹੜੀ ਸਾਡੀ ਜ਼ਮੀਨ ਬੰਜਰ ਕਰਦੇ, ਸਾਡਾ ਪਾਣੀ ਗੰਦਾ ਕਰਦੇ, ਸਾਡੀ ਹਵਾ ਗੰਦੀ ਕਰਦੇ। ਅਸੀਂ ਵੀ ਚਾਹੁੰਦੇ ਹਾਂ ਸਾਡੇ ਬੱਚੇ ਪੜ੍ਹਨ, ਸਾਡੇ ਬੱਚੇ ਚੰਗੀਆਂ ਜੋਬਾਂ 'ਤੇ ਜਾਣ, ਅਸੀਂ ਵੀ ਚਾਹੁੰਦੇ ਹਾਂ IBM ਵਰਗੀਆਂ ਕੰਪਨੀਆਂ ਪੰਜਾਬ ਦੇ ਵਿੱਚ ਆਉਣ, ਚੰਗੇ ਚੰਗੇ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ ਇੱਥੇ ਖੁੱਲ੍ਹਣ, ਟੌਪ ਨਾਚ ਇੱਥੇ ਕੰਪਨੀਜ਼ ਆਉਣ, ਪਰ ਸਾਨੂੰ ਇੱਥੇ ਡਾਈ ਇੰਡਸਟਰੀ ਨਹੀਂ ਚਾਹੀਦੀ, ਸਾਨੂੰ ਇੱਥੇ ਸ਼ਰਾਬ ਦੀ ਇੰਡਸਟਰੀ ਨਹੀਂ ਚਾਹੀਦੀ, ਨਸ਼ੇ ਦੀ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਚਾਹੀਦੀ, ਉਹ ਟੈਕਸ ਦੇ ਪੈਸੇ ਸਾਨੂੰ ਨਹੀਂ ਚਾਹੀਦੇ ਜਿਹੜਾ ਕਿਸੇ ਦੀ ਮੌਤ ਦਾ ਵਾਰੰਟ ਸਾਈਨ ਕਰਕੇ ਜਿਹੜਾ ਟੈਕਸ ਮਿਲਦਾ, ਸਾਨੂੰ ਉਹ ਪੈਸੇ ਨਹੀਂ ਚਾਹੀਦੇ। ਲਿਆਉਣੀ ਆ ਤਾਂ ਚੰਗੀ ਇੰਡਸਟਰੀ ਲਿਆਓ, ਅਗੇਨ ਕਿਸੇ ਸਰਕਾਰ ਦੇ ਖਿਲਾਫ ਨਹੀਂ। ਔਰ ਇੱਕ ਹੋਰ ਗੱਲ ਕਰਦਾ, ਸਰਕਾਰਾਂ ਬਹੁਤ ਵਾਅਦੇ ਕਰਦੀਆਂ, ਅਸੀਂ ਇੰਨੇ ਡਾਕਟਰ ਪੈਦਾ ਕਰ ਦਾਂਗੇ, ਅਸੀਂ ਇੰਨੇ ਹੌਸਪੀਟਲ ਖੜ੍ਹੇ ਕਰ ਦਾਂਗੇ, ਕਲੀਨਿਕਾਂ ਖੜ੍ਹੀਆਂ ਕਰ ਦਾਂਗੇ, ਕਿਉਂ ਨਾ ਆਪਾਂ ਉਹ ਜੜ੍ਹ ਹੀ ਖਤਮ ਕਰ ਦਈਏ ਜਿੱਥੋਂ ਬਿਮਾਰੀ ਪੈਦਾ ਹੁੰਦੀ ਹੈ, ਜਿੱਥੋਂ ਕੈਂਸਰ ਪੈਦਾ ਹੁੰਦੀ ਹੈ, ਜਿਹਦੇ ਕਰਕੇ ਲੋਕਾਂ ਨੂੰ ਹਾਰਟ ਅਟੈਕ ਹੁੰਦੇ ਆ, ਜਿਨ੍ਹਾਂ ਕਰਕੇ ਲੋਕਾਂ ਦੇ ਬੱਚੇ ਨਹੀਂ ਹੁੰਦੇ, ਅੱਗੇ ਪੀੜ੍ਹੀਆਂ ਖਤਮ ਹੁੰਦੀਆਂ, DNA ਤੱਕ ਇਫੈਕਟ ਹੁੰਦੇ ਆ। ਉਹ ਕੈਮੀਕਲਸ ਹੀ ਅਸੀਂ ਪੰਜਾਬ ਦੇ ਵਿੱਚ ਕਿਉਂ ਨਹੀਂ ਬੰਦ ਕਰ ਦਿੰਦੇ, ਅਸੀਂ ਉਹ ਡਾਈ ਇੰਡਸਟਰੀ ਕਿਉਂ ਨਹੀਂ ਬੰਦ ਕਰ ਦਿੰਦੇ, ਗੰਦੀ ਇੰਡਸਟਰੀ ਪੰਜਾਬ ਦੇ ਵਿੱਚ ਕਿਉਂ ਨਹੀਂ ਖਤਮ ਕਰ ਦਿੰਦੇ ਜਿਹਦੇ ਕਰਕੇ ਬਿਮਾਰੀਆਂ ਪੈਦਾ ਹੁੰਦੀਆਂ। ਸਾਨੂੰ ਲੋੜ ਹੀ ਨਹੀਂ ਹੌਸਪੀਟਲਾਂ ਦੀ, ਇੰਜੀਨੀਅਰਿੰਗ ਆਪਣੇ ਆਪ ਹੋਰ ਡਾਕਟਰਾਂ ਦੀ, ਨਰਸਾਂ ਦੀ, ਕਿਉਂ ਆਪਾਂ ਬਰਡਨ ਪਾਉਂਦੇ ਹਾਂ ਆਪਣੀ ਇਕਾਨਮੀ ਦੇ ਉੱਪਰ, ਕਿਉਂ ਨਹੀਂ ਅਸੀਂ ਜੜ੍ਹ ਨੂੰ ਫੜਦੇ।
ਸੋ ਉਹਨਾਂ ਸਰਕਾਰਾਂ ਨੂੰ ਇੱਕ ਅਪੀਲ ਕਰਦਾ, ਠੀਕ ਹੈ ਡਾਕਟਰ ਪੈਦਾ ਕਰੋ, ਨਰਸਾਂ ਪੈਦਾ ਕਰੋ, ਪਰ ਜੜ੍ਹ ਨੂੰ ਫੜੋ। ਕਿਉਂ ਆਪਣੇ ਲੋਕਾਂ ਨੂੰ ਅਸੀਂ ਦਵਾਈਆਂ 'ਤੇ ਲਾਉਣਾ, ਕਿਉਂ ਨਾ ਅਸੀਂ ਜੜ੍ਹ ਫੜੀਏ। ਤੁਸੀਂ ਸਰਕਾਰ ਹੋ, ਤੁਸੀਂ ਕਰ ਸਕਦੇ ਹੋ, ਤੁਹਾਡੇ ਹੱਥ ਪਾਵਰਾਂ ਵਾਂ, ਅਤੇ ਤੁਸੀਂ ਕਰੋਗੇ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਕਰੋ। ਬਾਕੀ ਜੀਰਾ ਮੋਰਚਾ ਦੇ ਵਿੱਚ ਜਿਹੜੇ ਸਾਡੇ ਜੁਝਾਰੂ ਸਿਪਾਹੀ ਨੇ, ਸਾਡੇ ਜਰਨੈਲ ਨੇ, ਉਹਨਾਂ ਨੂੰ ਸਲਾਮ ਕਰਦਾ। ਮੈਂ ਬਹੁਤ ਥੈਂਕ ਯੂ ਕਰਦਾ ਪਰਮਾਤਮਾ, ਤੁਹਾਡੀਆਂ ਅਰਦਾਸਾਂ ਮੇਰੇ ਨਾਲ ਰਹਿਣ, ਮੈਨੂੰ ਹੋਰ ਪਾਵਰ ਮਿਲੇ, ਮੈਂ ਹੋਰ ਸ਼ਿਫਟਾਂ ਲਾ ਸਕਾਂ। ਵੇਖੋ, ਇੱਕ ਤਾਂ ਕੰਮ ਕਰੀਦਾ, ਉਹਦੀ ਜਿਹੜੀ ਤਨਖਾਹ ਆ ਉਹ ਮੇਰੇ ਘਰੇਲੂ ਖਰਚੇ ਦੇ ਵਿੱਚ ਜਾਣੀ ਆ, ਕਿਉਂਕਿ ਬਹੁਤ ਟਾਈਮ ਪਹਿਲਾਂ ਲਾਇਆ ਅਤੇ ਹੁਣ ਥੋੜ੍ਹੇ ਬਹੁਤੇ ਖਰਚੇ ਵੀ ਕੱਢਣੇ ਜ਼ਰੂਰੀ ਘਰ ਦੇ ਵੀ, ਹੈ ਨਾ, ਘਰ ਦੀਆਂ 100 ਖਰਚੇ ਹੁੰਦੇ ਆ। ਪਰ ਜਿਹੜੀਆਂ ਮੈਂ ਆਹ ਸਪੈਸ਼ਲ ਸ਼ਿਫਟਾਂ ਲਾਊਂਗਾ, ਰਾਤ ਨੂੰ ਸ਼ਿਫਟਾਂ ਲਾਊਂਗਾ, ਉਹ ਖਾਸ ਕਰਕੇ ਤੁਹਾਡੇ ਲਈ ਹੋਣਗੀਆਂ। ਐਕਸਟਰਾ ਸ਼ਿਫਟਾਂ ਲਾਊਂਗਾ, ਐਕਸਟਰਾ ਕੰਮ ਕਰੂੰਗਾ ਕਿ ਮੈਂ ਜੀਰਾ ਮੋਰਚਾ ਸਾਡੇ ਜਿਹੜੇ ਲੋਕ ਬੈਠੇ ਨੇ, ਜਿਹੜੇ ਸਾਡੀ ਲੜਾਈ ਲੜਦੇ ਨੇ, ਸਾਡੀ ਬਾਣੀ ਦੀ ਲੜਾਈ ਲੜਦੇ ਨੇ, ਉਹ ਹਿੰਦੂ, ਉਹ ਮੁਸਲਮਾਨ, ਉਹ ਸਿੱਖ, ਔਰ ਉਹ ਐਸੇ ਵੀ ਲੋਕ ਜਿਹੜੇ ਸ਼ਾਇਦ ਕਿਸੇ ਧਰਮ 'ਚ ਨਹੀਂ ਵਿਸ਼ਵਾਸ ਕਰਦੇ, ਉਹਨਾਂ ਦੇ ਲਈ ਮੈਂ ਪੈਸਾ ਕੱਢ ਕੇ ਸਕਾਂ। ਔਰ ਬਾਕੀ ਮੈਂ ਅਪੀਲ ਕਰਦਾ, ਥੈਂਕ ਯੂ ਕਰਦਾ ਆਪਣੇ ਬੱਚਿਆਂ ਦਾ, ਜਿਹੜੇ ਸਾਡੇ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੇ ਉੱਥੇ ਬੱਚੇ ਬੈਠੇ ਆ, ਤੰਬੂ ਲਾ ਕੇ, ਮੈਂ ਤੁਹਾਡਾ ਥੈਂਕ ਯੂ ਕਰਦਾ। ਔਰ ਮੈਂ ਹੋਰ ਅਪੀਲ ਕਰਦਾ ਡਾਕਟਰਾਂ ਨੂੰ, ਨਰਸਾਂ ਨੂੰ, ਸਾਡੀ ਸਾਨੂੰ ਬਹੁਤ ਲੋੜ ਆ ਮੈਡੀਕਲ ਸਟਾਫ ਦੀ ਉੱਥੇ ਜੀਰੇ ਦੇ ਵਿੱਚ। ਜੇ ਤੁਸੀਂ ਮੈਡੀਕਲ ਪ੍ਰੋਫੈਸ਼ਨ ਨੂੰ ਬਿਲੋਂਗ ਕਰਦੇ ਹੋ ਤਾਂ ਪਲੀਜ਼ ਸਾਨੂੰ ਰੀਚ ਆਊਟ ਕਰੋ, ਔਰ ਜੇ ਨਹੀਂ ਵੀ ਕਰਦੇ, ਤੁਸੀਂ ਵਾਲੰਟੀਅਰ ਕਰਨਾ ਚਾਹੁੰਦੇ ਹੋ ਜੀਰੇ ਮੋਰਚੇ ਦੇ ਵਿੱਚ, ਤਾਂ ਜ਼ਰੂਰ ਉੱਥੇ ਜਾਓ, ਸਾਡੀ ਟੀਮ ਦਾ ਹਿੱਸਾ ਬਣੋ, ਇਸ ਮੋਰਚੇ ਦਾ ਹਿੱਸਾ ਬਣੋ। ਔਰ ਸਾਡੀ ਲੜਾਈ ਕਿਸੇ ਸਰਕਾਰ ਦੇ ਖਿਲਾਫ਼ ਨਹੀਂ, ਕਿਸੇ ਇਨਸਾਨ ਦੇ ਖਿਲਾਫ਼ ਨਹੀਂ, ਸਾਡੀ ਲੜਾਈ ਉਸ ਸਿਸਟਮ ਦੇ ਖਿਲਾਫ਼ ਆ ਜਿਹੜਾ ਇਹ ਸਮਝਦਾ ਕਿ ਸਾਡੇ ਬੱਚਿਆਂ ਨੂੰ ਤੁਸੀਂ ਨੌਕਰੀ ਦੇ ਕੇ ਸਾਡਾ ਭਵਿੱਖ ਸਰ ਤੋਂ ਖੋ ਸਕਦੇ ਹੋ, ਸਾਡੀ ਜ਼ਮੀਨ ਤੁਸੀਂ ਬੰਜਰ ਕਰ ਸਕਦੇ ਹੋ, ਸਾਡਾ ਪਾਣੀ ਤੁਸੀਂ ਗੰਧਲਾ ਕਰ ਸਕਦੇ ਹੋ, ਸਾਡੀ ਹਵਾ ਤੁਸੀਂ ਸਾਡੇ ਤੋਂ ਲੈ ਕੇ ਜਾ ਸਕਦੇ ਹੋ। ਸੋ ਲੜਾਈ ਜਾਰੀ ਰੱਖੋ, ਤੁਹਾਡੇ ਨਾਲ ਆ, ਦੂਰ ਦੂਰ ਬੈਠੇ ਤੁਹਾਡੇ ਨਾਲ ਆ, ਜੇ ਲੋੜ ਪਈ ਤਾਂ ਤੁਹਾਡੇ ਨਾਲ ਆ ਕੇ ਖੜ ਵੀ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।